आग दे बहाए काले लिख ना लेख लिख दिया लिख दिया कागद मस खोई काले लिख न लेख आप नड़े गिरिवान में आप नड़े गिरिवान में सिर नीवा कर देख कागद लिख दिया लिख दिया कागद मस खोई काले लिख न लेख मनमुख विद्या बिकरदा बिख खटे बिख खाए मूर्ख शब्द नाची नहीं एक बड़ी वड्डी सांझ है शब्द दी संसार दे विद्या पढ़ने वाले दुनिया दिया यूनिवर्सिटियां कॉलेज स्कूल विद्या तो पढ़ाते ने हेलो पर ए नहीं जानते इस विद्या नू किसे होर चीज दी भी जरूरत है मोहताज है नहीं तो सतगुरु ने बाणी विच आख्या कहन लगे मनमुख विद्या बिकरदा बिख खट्टा है बिख खाए कोई विद्या जहर भी बन जाती है जहर तो मौत का कारण है ते विद्या मनुख जीवन लई पढ़दा है विद्वान बनदा है स्कूल कॉलेज तां जीवन दी उसारी लई बने ने पर गुरु ने ख्याल दिता है कहिंदे ने भलिया जे तू केवल विद्या पढ़ना है तां इक ख्याल करी विद्या फिकर चिंता संके भुलेखे संशय ज्यादा पैदा कर दी जेड़ा अनपढ़ हुंदा है वो बहुता सोचों विच नहीं डुबदा पर जेड़ा अपने आप नू सियाना समझदा है ते अपनी सियानप ते मान रखदा है वो हर गल हर काम जिवें कहावत बनी हुई है बाल से खाल उतारना उनकी गहराई विच जाके नवे नवे शंके नवे नवे फिकर नवे नवे संशय पैदा करता है सतगुरु ने बाणी विच आख दिता लिख लिख पढ़िया तेता कड़िया बहुत सियानप अगल पारा जिन्ना बहुता सियाना ते सियानप ते मान रखन वाला होवे उन्ना ही मानो बहुते संशयां दा फिकरां दा ते हौमें दा पार सिर ते चुकी फिरदा रह रहे ते गुरु ने आख्या इसलिए एक ख्याल करी जीवन ता चाहिदा है संशयां तो निर्लेप ते उन्दे तो निर्लेप रहन दा तरीका इको है कि तू जेड़ी विद्या पढ़े उन्नू गुरु कोल आके सोध लै सतगुरु ने बाणी विच आख्या पादा पढ़िया आखी है सतगुरु दी बाणी दा ख्याल है कहन लगे पादा पढ़िया आखी है विद्या बिचरै सहज सुभाए विद्या सोधे तत लहे है विद्या नू अजे सोधन की जरूरत है एक ख्याल करो इसलिए बाबा कबीर जी ने आख्या कबीर संसा दूर कर जड़ी विद्या भरम भुलेखे संशय पैदा करे वो छड़ दे यो जे कागज जेड़े भर भर लिख लिख के तू कागज काले करी जाना है पर तेरे मन दे फिक्र चिंता संशय
ਸਿਆਣਪ ਦੀ ਹਉਮੈ ਵੱਧ ਰਹੀ ਇਹੋ ਜਿਹੇ ਕਾਗਜ਼ ਰੋੜ ਦੇ ਦਰਿਆ ਵਿੱਚ ਮੈਨੂੰ ਇਹੋ ਜਿਹੀ ਸਿਆਣਪ ਤੇ ਇਹੋ ਜਿਹੀਆਂ ਕਿਤਾਬਾਂ ਤੇ ਇਹੋ ਜਿਹੇ ਕਾਗਜ਼ਾਂ ਦੀ ਲਿਖਤਾਂ ਦੀ ਲੋੜ ਨਹੀਂ ਜਿਹੜੀ ਹਉਮੈ ਪੈਦਾ ਕਰਨ ਤੇ ਸੰਸਾਰ ਲਈ ਪਰ ਉਪਕਾਰ ਦਾ ਸਾਧਨ ਨਾ ਬਣਨ। ਗੁਰੂ ਕਹਿੰਦੇ ਨੇ ਮੈਂ ਤਾਂ ਵਿਦਿਆ ਉਸਨੂੰ ਸਮਝਣਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਿਸ ਵਿਦਿਆ ਵਿੱਚੋਂ ਪਰ ਉਪਕਾਰ ਪੈਦਾ ਹੋਵੇ, ਜਿਸ ਵਿਦਿਆ ਵਿੱਚੋਂ ਸੁੱਖ ਆਪ ਵੀ ਆਪਣੇ ਆਪ ਨੂੰ ਵੀ ਮਿਲੇ ਤੇ ਜਿਸ ਵਿਦਿਆ ਵਿੱਚੋਂ ਦੁਨੀਆਂ ਨੂੰ ਵੀ ਸੁੱਖ ਮਿਲੇ। ਹੁਣ ਸੋਚਿਓ ਜੇ ਉਹ ਵਿਦਿਆ ਕੇਵਲ ਤੇ ਕੇਵਲ ਵਪਾਰ ਲਈ, ਬਿਜਨਸ ਲਈ, ਪੈਸਾ ਕਮਾਉਣ ਲਈ ਹੋਵੇ ਤਾਂ ਫਿਰ ਤਾਂ ਮੈਂ ਦੇਖਣਾ ਇੰਜੀਨੀਅਰ ਲੋਕ, ਡਾਕਟਰ ਲੋਕ, ਇੰਜੀਨੀਅਰ ਜਿਹੜੇ ਚੰਗੇ ਚੰਗੇ ਸਿਆਣੇ ਪੜ੍ਹੇ ਲਿਖੇ ਡਿਗਰੀਆਂ ਦੇ ਮਾਲਕ ਨੇ, ਉਹ ਪੁਲਾਂ ਬਣਾਉਂਦੇ ਨੇ, ਚੰਗੀਆਂ ਚੰਗੀਆਂ ਬਿਲਡਿੰਗਾਂ ਬਣਾਉਂਦੇ ਨੇ, ਪਰ ਕਰਪਟ ਨੇ ਕੇਵਲ ਦੌਲਤ ਕਮਾਉਣ ਲਈ ਉਹਨਾਂ ਵਿੱਦਿਆ ਪੜ੍ਹੀ। ਨਤੀਜਾ ਨਿਕਲਦਾ ਚੌਥੇ ਦਿਨ ਉਹ ਬਿਲਡਿੰਗ ਡਿੱਗ ਪੈਂਦੀ, ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ, ਉਹਨਾਂ ਲਈ ਤਾਂ ਬਿਲਡਿੰਗ ਜ਼ਹਿਰ ਬਣ ਗਈ ਤੇ ਜਿਹਨੇ ਬਣਾਈ ਉਹਨੇ ਉਹ ਜ਼ਹਿਰ ਘੋਲ ਦਿੱਤੀ। ਇਹਦਾ ਮਤਲਬ ਵਿੱਦਿਆ ਜ਼ਾਹਿਰ ਵੀ ਬਣ ਸਕਦੀ ਹੈ। ਗੁਰੂ ਨੇ ਆਖਿਆ ਮਨਮੁਖ ਵਿੱਦਿਆ ਬਿਕਰਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀ ਨਹੀਂ ਸੂਝ ਬੂਝ ਨਾ ਕਾਏ। ਉਹ ਕਿਉਂਕਿ ਸ਼ਬਦ ਕੋਲ ਆ ਕੇ ਗੁਰਬਾਣੀ ਦੀ ਅਗਵਾਈ ਵਿੱਚ ਉਹਨੇ ਕੋਈ ਆਪਣੀ ਵਿੱਦਿਆ ਨੂੰ ਸੋਧਿਆ ਨਹੀਂ। ਇਸੇ ਲਈ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਮੈਂ ਚਾਹੁੰਦਾ ਤੂੰ ਵਿੱਦਿਆ ਸੋਧ ਲਵੇਂ, ਵਿੱਦਿਆ ਸੋਧ ਲਵੇ, ਤਾਂ ਕਿ ਗੁਰੂ ਕੋਲ ਆ ਕੇ ਵਿੱਦਿਆ ਸੋਧਣ ਨਾਲ ਤੇਰਾ ਜੀਵਨ ਸੁਖੀ ਹੋਵੇ ਤੇ ਦੂਜਿਆਂ ਦਾ ਜੀਵਨ ਵੀ ਸੁਖੀ ਹੋਵੇ। ਭਲਿਆ ਜੇ ਤੂੰ ਚਾਰ ਅੱਖਰ ਪੜ੍ਹ ਲਿਖ ਸਕਦਾ ਹੈ, ਆਪਣੀ ਵਿੱਦਿਆ ਡਿਗਰੀਆਂ ਤੇ ਮਾਣ ਨਾ ਕਰ। ਗੁਰੂ ਕਹਿੰਦਾ ਵਿੱਦਿਆ ਸੋਧੇ, ਸੋਧਣ ਦੀ ਲੋੜ ਹੈ, ਨਹੀਂ ਤਾਂ ਮਨਮੁਖ ਵਿੱਦਿਆ ਵਿਚਰਦਾ ਹੈ। ਸਤਿਗੁਰੂ ਨੇ ਇਸੇ ਲਈ ਕਹਿ ਦਿੱਤਾ ਆਖਣੀ ਆਪਣੀ ਰਸਨਾ ਤੋਂ ਅਗਲੇ ਸ਼ਬਦ ਅੰਦਰ ਕਹਿਣ ਲੱਗੇ ਸੁੱਖ ਨਾ ਪਾਇਣ ਮੁਗਧ ਨਰ। ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ, ਦੂਜੇ ਪਾਏ ਸੁੱਖ ਪਾਏ ਨਾ ਕੋਈ, ਤ੍ਰਿਗਤ ਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾ ਆਉਣ। ਹੈਂ, ਕਈ ਲੋਕ ਧਰਮ ਦੇ ਗ੍ਰੰਥ ਲਿਖਦੇ ਨੇ ਪਰ ਉਹ ਲਿਖਦੇ ਕਿਸ ਲਈ ਨੇ, ਫਲਾਣੇ ਨੂੰ ਆਹ ਮਰਿਆਦਾ ਆਹ ਚੀਜ਼ ਪਸੰਦ ਹੈ ਇਸ ਲਈ ਇਹ ਲਿਖਦੇ ਆ ਤਾਂ ਕਿ ਮੇਰੀ ਚੰਗੀ ਕਿਤਾਬ ਵਿਕ ਜਾਏ। ਉਹਦੇ ਵਿੱਚੋਂ ਵੀ ਬਜਾਏ ਇਸ ਗੱਲ ਦੇ ਗੁਰਮਤਿ ਦਾ ਵਿਖਰਾਓ ਹੋਵੇ, ਸਤਿਗੁਰੂ ਦੀ ਬਾਣੀ ਦਾ ਤੱਤ ਦਾ ਜੀਵਨ ਤੇ ਮਰਿਆਦਾ ਕਿਸੇ ਦੇ ਮਨੁੱਖ ਦੇ ਜੀਵਨ ਨੂੰ ਮਿਲੇ, ਉਹਦੀ ਬਜਾਏ ਉਹ ਕਿਤਾਬ ਦਾ ਨਿਸ਼ਾਨਾ ਹੁੰਦਾ ਕੇਵਲ ਦੌਲਤ ਕਮਾਉਣਾ। ਗੁਰੂ ਨੇ ਆਖਿਆ ਤ੍ਰਿਗਤਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾ ਆਉਂ, ਉਹ ਤਾਂ ਇਉਂ ਹੀ ਹੈ ਖੇਤੀ ਜਿਨਕੀ ਉਜੜੇ ਖਲਵਾੜੇ ਕਿਆ ਥਾਂ ਅਕਲੀ। ਪਰ ਸਤਿਗੁਰੂ ਕਹਿੰਦੇ ਨੇ ਇੱਕ ਖਿਆਲ ਕਰ, ਅਕਲੀ ਅਕਲ ਮਾੜੀ ਨਹੀਂ, ਸਿਆਣਪ ਮਾੜੀ ਨਹੀਂ, ਪਰ ਇੱਕ ਸ਼ਰਤ ਹੈ ਉਹ ਇਹ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਆਖਰੀ ਲਿਆਣੇ ਅੰਦਰ ਕਹਿਣ ਲੱਗੇ ਨਾਨਕ ਆਖੇ ਰਹੋ ਇਹੋ ਸੋਧ ਲੈ, ਅਕਲ ਕੀ ਚੀਜ਼ ਹੈ, ਸਿਆਣਪ ਕੀ ਚੀਜ਼ ਹੈ, ਵਿੱਦਿਆ ਕੀ ਚੀਜ਼ ਹੈ। ਇਹ ਨਾ ਹੋਵੇ ਵੀ ਜੇ ਤੂੰ ਅਕਲ ਲਤੀਫ ਤਾਂ ਕਾਲੇ ਲੇਖ ਨਾ ਲੇਖ, ਬਾਬਾ ਫਰੀਦ ਨੇ ਆਖਿਆ ਆਪ ਨੜੇ ਗਰੀਬਾਨ ਮੈਂ ਸਿਰ ਨੀ ਬੰਕਰ ਦੇਖ। ਕਹਿਣ ਲੱਗੇ ਨਾਨਕ ਆਖੇ ਰਹੋ ਇਹੋ ਹੋਰ ਗੱਲਾਂ ਸ਼ੈਤਾਨ, ਜਿਹਨੇ ਅਕਲ ਨੂੰ ਚੰਗੀ ਥਾਵੇਂ, ਵਿੱਦਿਆ ਨੂੰ ਚੰਗੀ ਥਾਵੇਂ ਨਹੀਂ ਵਰਤਿਆ, ਉਹ ਤੇ ਮਾਨੋ ਸ਼ੈਤਾਨ ਹੀ ਬਿਰਤੀ ਹੀ ਪੈਦਾ ਹੁੰਦਾ ਹੈ। ਜਦੋਂ ਇਹ ਗੱਲਾਂ ਗੁਰੂ ਕੋਲੋਂ ਸੁਣੀਆਂ ਤਾਂ ਮਨ ਜਾਗ ਪਿਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮਨ ਜਾਗ ਪਿਆ ਤੇ ਬੇਨਤੀ ਕੀਤੀ ਜੀ ਫਿਰ ਮੈਨੂੰ ਦੱਸੋ ਵਿੱਦਿਆ ਕਿਵੇਂ ਸੋਧਾ ਤੇ ਵਿੱਦਿਆ ਸਕਾਰਿਤ ਹੋ ਜਾਏ। ਵਿੱਦਿਆ ਤੁਸੀਂ ਜੋ ਕਹਿੰਦੇ ਹੋ ਸੋਧੇ ਤੇ ਤੱਤ ਲਹੇ ਤਾਂ ਮੈਨੂੰ ਦੱਸੋ ਵਿੱਦਿਆ ਕਿਵੇਂ ਸੋਧਾ ਕਿ ਵਿੱਦਿਆ ਸਕਾਰਿਤ ਹੋ ਜਾਏ। ਗੁਰੂ ਨੇ ਜਵਾਬ ਦਿੱਤਾ
ਬਾਬਾ ਕਬੀਰ ਜਿਵੇਂ ਜਿਵੇਂ ਉੱਤੋਂ ਆਪਣੀ ਰਚਨਾ ਤੋਂ ਸ਼ਬਦ ਦੇ ਆਰੰਭ ਵਿੱਚ ਇੱਕ ਪ੍ਰੇਰਨਾ ਦੇ ਰਹੇ ਨੇ, ਸਤਿਗੁਰੂ ਨੇ ਬਾਣੀ ਵਿੱਚ ਆਪਣੀ ਰਚਨਾ ਤੋਂ ਗੁਰੂ ਨਾਨਕ ਨੇ ਪ੍ਰੇਰਨਾ ਦਿੱਤੀ। ਕਹਿਣ ਲੱਗੇ ਜੇ ਵਿਦਿਆ ਸੋਧਣੀ ਤਾਂ ਇੱਕੋ ਤਰੀਕਾ ਹੈ ਕਿ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਹਾਰ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਬਸ ਆਹ ਸੋਧਣ ਦਾ ਤਰੀਕਾ ਹੈ। ਜਿਹੜੀ ਵੀ ਵਿਚਾਰ ਲਿਖੇ ਐਵੇਂ ਕਾਗਜ਼ ਕਾਲੇ ਨਾ ਕਰੀ ਜਾ। ਕਹਿਣ ਲੱਗੇ ਗੁਰ ਪੁੱਛ ਲਿਖ ਵਿਚਾਰ, ਗੁਰੂ ਕੋਲੋਂ ਪੁੱਛ ਜੀ ਮੈਂ ਕੀ ਲਿਖਾਂ, ਮੇਰੀ ਲੇਖਣੀ ਕਿਵੇਂ ਪਵਿੱਤਰ ਬਣੇ, ਜਿਸ ਲੇਖਣੀ ਨੂੰ ਪੜ੍ਹ ਕੇ ਲੋਕਾਂ ਨੂੰ ਜੀਵਨ ਮਿਲੇ, ਕੇਵਲ ਮੇਰੀ ਦੌਲਤ ਦਾ ਸਾਧਨ ਨਾ ਬਣੇ। ਕਹਿਣ ਲੱਗੇ ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਕੀ ਲਿਖਾਂ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾਂ ਵਾਰ, ਬਾਬਾ ਇਹ ਲੇਖਾ ਲਿਖ ਜਾਣ। ਆ ਜੇ ਕਾਗਜ਼ ਤੇ ਸਿਆਹੀ ਵਰਤਣੀ ਜੇ ਕਲਮ ਵਰਤਣੀ ਤਾਂ ਇਹੋ ਜਿਹਾ ਲੇਖਾ ਗੁਰੂ ਕੋਲੋਂ ਪੁੱਛ ਕੇ ਲਿਖ ਜੀਵਨ ਦਾ, ਜਿਹਦੇ ਵਿੱਚ ਤੇਰਾ ਵੀ ਜੀਵਨ ਸੁਖੀ ਹੋਵੇ ਤੇ ਕਿਸੇ ਹੋਰ ਨੂੰ ਵੀ ਤੇਰੀ ਪੁਸਤਕ ਤੇਰੀ ਲੇਖਣੀ ਤੇਰੇ ਕਾਗਜ਼ ਨੂੰ ਪੜ੍ਹ ਕੇ ਜੀਵਨ ਮਿਲੇ। ਕਹਿਣ ਲੱਗੇ ਬਾਬਾ ਇਹੋ ਲੇਖਾ ਲਿਖ ਜਾਣ। ਤੇ ਨਾਲ ਹੀ ਕਹਿਣ ਲੱਗੇ ਜੇ ਇਹ ਲੇਖਾ ਲਿਖਣਾ ਨਹੀਂ ਆਉਂਦਾ, ਜੇ ਤੂੰ ਇਹੋ ਜਿਹਾ ਲੇਖਾ ਨਹੀਂ ਲਿਖ ਸਕਦਾ ਤਾਂ ਭੁਲੇਖਾ ਛੱਡ ਦੇ ਕਿ ਮੈਂ ਪੜ੍ਹਿਆ ਲਿਖਿਆ ਹਾਂ। ਕਲਮ ਜਲੋ ਸਨ ਮਸਵਾਣੀਏ ਕਾਗਜ਼ ਵੀ ਜਲ ਜਾਓ, ਕਲਮ ਵੀ ਜਲ ਜਾਏ ਮਸਵਾਣੀ ਸਿਆਹੀ ਵੀ ਜਲ ਜਾਏ ਤੇ ਕਾਗਜ਼ ਵੀ ਜਲ ਜਾਏ ਜਿਸ ਕਾਗਜ਼ ਤੇ ਲਿਖਿਆ ਹੋਇਆ ਕਿਸੇ ਨੂੰ ਜੀਵਨ ਨਹੀਂ ਦਿੱਤਾ। ਕਹਿਣ ਲੱਗੇ ਕਲਮ ਅਤੇ ਸਿਆਹੀ ਜਲਾ ਦੇ ਕਾਗਜ਼ ਬਹਾ ਦੇ, ਬਹਾ ਦਾ ਮਤਲਬ ਹੁੰਦਾ ਰੋੜ ਦੇ। ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਬਾਬਾ ਕਬੀਰ ਕਹਿੰਦੇ ਨੇ ਵੀ ਜੇ ਤੂੰ ਆਪਣੀ ਵਿਦਿਆ ਨੂੰ ਸ਼ੰਕਿਆਂ ਤੇ ਸੰਸਿਆ ਨੂੰ ਪੈਦਾ ਕਰਨ ਵਾਸਤੇ ਹੀ ਪੜ੍ਹਿਆ ਵਿਦਿਆ ਤਾਂ ਫਿਰ ਇਹੋ ਜਿਹੇ ਕਾਗਜ਼ ਤਾਂ ਰੋੜ ਦੇ ਤਾਂ ਕਿ ਕੋਈ ਪੜ੍ਹ ਨਾ ਸਕੇ, ਕਿਉਂਕਿ ਉਹਦੇ ਵਿੱਚ ਤੈਨੂੰ ਵੀ ਸ਼ੰਕੇ ਨੇ ਹੋਰ ਕਿਸੇ ਦਾ ਜੀਵਨ ਵੀ ਸੰਸਿਆ ਵਾਲਾ ਬਣੇਗਾ। ਇਸ ਲਈ 52 ਅੱਖਰ ਸੋਧ ਕੇ, ਜੇ ਤੈਨੂੰ 52 ਅੱਖਰਾਂ ਦੀ ਜਿਹੜੀ ਰਚਨਾ ਹੈ ਮਨ ਨੂੰ ਵਿਦਿਆ ਹੈ ਉਹ ਜੇ ਤੇਰੇ ਕੋਲ ਆਈ ਹੈ ਤਾਂ ਉਹਨੂੰ ਸੋਧ ਲੈ। 52 ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ, ਫਿਰ ਤੂੰ ਹਰੀ ਦੇ ਨਾਲ ਪ੍ਰਭੂ ਨਾਲ ਜੁੜ, ਤਾਂ ਕਿ ਤੇਰੀ ਵਿਦਿਆ ਪੜ੍ਹੀ ਹੋਈ ਦੁਨੀਆਂ ਅੰਦਰ ਸੁੱਖ ਦੇ ਸਾਧਨ ਬਣੇ। ਅਸੀਂ ਦੇਖਦੇ ਹਾਂ ਚੰਗੇ ਚੰਗੇ ਵਿਦਵਾਨਾਂ ਨੇ, ਚੰਗੇ ਚੰਗੇ ਸਾਇੰਸਦਾਨਾਂ ਨੇ ਬਹੁਤ ਕੁਝ ਐਸਾ ਵੀ ਕੀਤਾ ਹੈ ਜਿਹਦੇ ਨਾਲ ਸੰਸਾਰ ਦੇ ਜੀਵਨ ਨੂੰ ਸੁਖੀ ਕੀਤਾ ਹੈ, ਅਤੇ ਬਹੁਤ ਕੁਝ ਐਸਾ ਵੀ ਆਈਟਮ ਬੰਬ ਬਣਾਉਣ ਵਾਲਿਆਂ ਨੇ, ਹਾਈਡਰੋਜਨ ਬੰਬ ਬਣਾਉਣ ਵਾਲਿਆਂ ਨੇ ਉਹ ਕੁਝ ਵੀ ਕੀਤਾ ਹੈ ਜਿਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਲੋਕ ਬਿਖਰ ਜਾਂਦੇ ਨੇ। ਬਾਬਾ ਕਬੀਰ ਜੀ ਨੇ ਇਹੋ ਗੱਲ ਆਖੀ। ਕਹਿਣ ਲੱਗੇ ਇਹੋ ਜਿਹੀ ਲਿਖਣੀ ਤਾਂ ਰੋਕ ਦੇਣੀ ਚਾਹੀਦੀ ਹੈ ਦਰਿਆ ਵਿੱਚ ਸਮੁੰਦਰ ਵਿੱਚ, ਤਾਂ ਕਿ ਕੋਈ ਪੜ੍ਹੇ ਨਾ, ਜਿਸ ਲਿਖਣੀ ਵਿੱਚੋਂ ਸੰਸਾਰ ਨੂੰ ਚੰਗਾ ਜੀਵਨ ਨਹੀਂ ਮਿਲਦਾ, ਅਤੇ ਉਹ ਹੈ ਹਰੀ ਨਾਲ ਜੁੜ ਕੇ ਪ੍ਰਭੂ ਨਾਲ ਜੁੜ ਕੇ ਕਿਸੇ ਲਿਖਤ ਦਾ ਪੈਦਾ ਕਰਨਾ, ਤਾਂ ਕਿ ਉਹਨਾਂ 52 ਅੱਖਰਾਂ ਦੀ ਜਿਹੜੀ ਰਚਨਾ ਦੀ ਵਿੱਦਿਆ ਹੈ ਉਹ ਸਕਾਰਤ ਹੋ ਜਾਏ। ਬਾਬਾ ਕਬੀਰ ਕਹਿਣ ਲੱਗੇ ਕਾਗਜ਼ ਦੇ ਬਹਾਏ, ਕਾਗਜ਼ ਦੇ ਬਹਾਏ ਕਬੀਰ ਸੰਸਾਰ ਦੂਰ ਕਰੇ, ਕਬੀਰ ਸੰਸਾਰ ਦੂਰ ਕਰੇ ਕਾਗਜ਼ ਦੇ ਬਹਾਏ, ਕਾਗਜ਼ ਦੇ
हर चरणी चित लाए, हर चरणी चित लाए, हर चरणी चित लाए, हर चरणी चित ख्याल करियो विद्या सियानप बहुत ही चंगी है, पर एक सियानप हाऊ पैदा कर दी है जिंदे लिए गुरु सियानप ने अपनी रचना तो ये लफज काय कह देते सह सियानप लख होए, आप पढ़ने सह सियानप लख होए ता एक न चले नाल है, वो सियानप किस काम है जिड़ी किसी के जीवन नु सुखी नहीं कर सकती। ते एक सियानप वो है जिड़ी गुरु को मिलती है, मेरे राम हर प्रभ के हाँ हर प्रभ के है याने, हम बारिक हर प्रभ के है याने, तन तन गुरु गुरु सतगुरु पादा जिन हर उपदेश दे किए सियाने, वो गुरु सियानप दिंदा है, वो सोधी हुई सियानप है, वो सोधी हुई विद्या है। जे तू संसारिक भी विद्या कोई नहीं है तो वह गुरु को सुधाल है, बाणी को सुधाल है, ताकि वह विद्या विचारी तो पर उपकारी बन जाए, विद्या उनके दुनिया भी सुखी हो तेन भी सुख मिले। इन्हों शब्दों जा चित हाँ फतेह बुलाओ, वाहिगुरु जी का खालसा वाहिगुरु जी की फतेह।